ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਸਿੱਖ ਧਰਮ ਦੇ ਬਾਨੀ ਹਨ। ਉਹਨਾਂ ਦਾ ਇਲਾਹੀ ਪੈਗਾਮ ਜਪਜੀ ਸਾਹਿਬ ਦੇ ਰੂਪ ਵਿੱਚ, ਜਿਸ ਦੇ ਆਰੰਭ ਵਿੱਚ ਮੂਲ ਮੰਤਰ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੂਲ ਮੰਤਰ ਇਸ ਪ੍ਰਕਾਰ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇਸ ਮੂਲ ਮੰਤਰ ਦੇ ਰਾਹੀਂ ਅਸੀਂ ਉਸ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਪ੍ਰਸਾਦ। ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਦਾ ਪਾਠ ਪੜਾਇਆ ਬਾਬੇ ਨਾਨਕ ਨੇ, ਕਿਰਤ ਕਰਨੀ ਵੰਡ ਛਕਣ ਸਿਖਾਇਆ ਬਾਬੇ ਨਾਨਕ ਨੇ, ਕਿਰਤ ਕਰਨੀ ਵੰਡ ਛਕਣ ਸਿਖਾਇਆ ਬਾਬੇ ਨਾਨਕ ਨੇ। ਪੰਜ ਐਬਾਂ ਚੋਂ ਕੱਢਿਆ ਸਾਡੀ ਜਿੰਦਨੀ ਮਾਣੀ ਨੂੰ, ਕੋਟ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਨੂੰ। ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਨੂੰ, ਕੋਟ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਨੂੰ। ਸੇਵਾ ਸਫਲ ਹੋ ਜਾਂਦੀ ਏ ਜੇ ਤਨ ਮਨ ਦੇ ਨਾਲ ਕਰੀਏ, ਸਤਿਗੁਰ ਦੇ ਚਰਨਾਂ ਵਿੱਚ ਆ ਕੇ ਰੋਜ਼ ਹਾਜ਼ਰੀ ਭਰੀਏ, ਰੋਜ਼ ਹਾਜ਼ਰੀ ਭਰੀਏ। ਹੋ ਰੁਤਬਾ ਮਿਲਦਾ ਵੱਡਾ ਜਗ ਤੇ ਜਿੰਦ ਨੇ ਮਾਣੀ ਨੂੰ, ਕੋਟ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਨੂੰ। ਇਹ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਆਪ ਜੀ ਨੇ ਸਾਡੇ ਪਰਿਵਾਰ 'ਤੇ ਮਿਹਰ ਭਰੀ ਨਿਗਾਹ ਰੱਖ ਕੇ ਆਪਣੇ ਚਰਨਾਂ ਨਾਲ ਜੋੜਿਆ, ਇਸੇ ਤਰ੍ਹਾਂ ਸਾਰੇ ਸੰਸਾਰ 'ਤੇ ਮਿਹਰ ਭਰੀ ਨਿਗਾਹ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਦੁਨੀਆ ਰੱਜੀ ਉਹਨੇ, ਇਹ ਸਭ ਉਹਦੀ ਮਾਇਆ, ਇਹ ਸਭ ਉਹਦੀ ਮਾਇਆ। ਮੂਲ ਦਾ ਮਤਲਬ ਅਸਲੇ ਸੂਰੀਏ ਬਾਬੇ ਨੇ ਸਮਝਾਇਆ, ਬਾਬੇ ਨੇ ਸਮਝਾਇਆ। ਪਿਆਰ ਦੇ ਫੁੱਲ ਖਿੜ ਜਾਵਣ ਵਰਤੋ ਅਕਲ ਸਿਆਣੀ ਨੂੰ, ਅਕਲ ਸਿਆਣੀ ਨੂੰ। ਕੋਟ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਨੂੰ, ਕੋਟ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ। ਸਰ
ਦੱਸਦਾ ਮਾਲਕ ਜਾ ਵੇਖੇ ਨਿਰਚਾਈ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਨੂੰ ਕੋਟ ਕੋਟ ਪ੍ਰਣਾਮ ਹੈ ਬਾਬਾ ਤੇਰੀ ਬਾਣੀ ਯਾਰ ਮੇਰਾ ਮੋਬਾਈਲ ਨਹੀਂ ਦਿਸ ਰਿਹਾ, ਕਿੱਥੇ ਹੈ? ਲੱਭ ਕੇ ਲਿਆ, ਮੈਂ ਇੱਧਰ ਬਹਿਣਾ ਧੀ ਰਾਣੀ ਕੋਲੇ। ਅਈ ਸ਼ਾਬਾਸ਼, ਗੁੱਡ ਮਾਰਨਿੰਗ ਪਾਪਾ। ਗੁੱਡ ਮਾਰਨਿੰਗ ਬੇਟਾ, ਗੁੱਡ ਮਾਰਨਿੰਗ। ਕੀ ਹਾਲ ਨੇ ਮੇਰੀ ਧੀ ਰਾਣੀ ਦੇ? ਕੀ ਪ੍ਰੋਗਰਾਮ ਅੱਜ ਫਿਰ? ਸਭ ਤੋਂ ਪਹਿਲੇ ਮੈਂ ਤੇ ਜਾਣਾ ਮੰਦਿਰ, ਉਸ ਤੋਂ ਬਾਅਦ ਸ਼ਾਪਿੰਗ। 7 ਦਿਨ ਹੋ ਗਏ ਤੈਨੂੰ ਅਮਰੀਕਾ ਤੋਂ ਆਏ ਨੂੰ, ਸਾਰਾ ਪੰਜਾਬ ਖਰੀਦ ਕੇ ਲੈ ਜਾਣਾ, ਰੋਜ਼ ਸ਼ਾਪਿੰਗ 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 ਐਂਡ ਸ਼ਾਪਿੰਗ। ਪਾਪਾ ਹਜੇ ਮੈਂ ਹੋਰ ਕਰਨੀ ਹੈ। ਆ ਲਓ ਆਪਣਾ ਮੋਬਾਈਲ, ਆਪਣੇ ਕੋਲ ਹੀ ਰੱਖਿਆ ਕਰੋ, ਸਾਇਲੈਂਟ ਪਿਆ ਸੀ ਸਿਰਾਣੇ ਥੱਲੇ। ਪੂਰੀਆਂ 7 ਮਿਸ ਕਾਲਾਂ ਨੇ ਤੁਹਾਡੇ ਆਫਿਸ ਤੋਂ, ਨਾ ਤੁਹਾਨੂੰ ਸਾਇਲੈਂਟ ਲਾਉਣ ਦੀ ਕੀ ਲੋੜ ਸੀ, ਪਰ ਕੰਮ ਵੱਲੇ ਤੁਹਾਡਾ ਧਿਆਨ ਹੋਵੇ ਤਦ ਨਾ। ਕੰਮ ਨੂੰ ਕੀ ਹੋਇਆ? ਉਹ ਗੁਰਮੁਖ ਸਿੰਘ ਹੁਣਾਂ ਨੂੰ ਵੇਖੋ, ਹੁਣ ਉਹ ਦਿੱਲੀ ਤੱਕ ਕੰਮ ਕਰਨ ਡਏ ਨੇ, ਤੁਸੀਂ ਹੀ ਕੰਮ ਸ਼ੁਰੂ ਕਰਵਾ ਕੇ ਦਿੱਤਾ ਸੀ ਨਾ, ਪਰ ਤੁਹਾਨੂੰ ਕੁਛ ਯਾਦ ਹੋਵੇ ਤਦ ਨਾ। ਨਮਸਤੇ ਬਾਬੂ ਜੀ। ਕਿਵੇਂ ਹੈ ਗੁਰਮੁਖ ਸਿੰਘ? ਠੀਕ ਠਾਕ ਹੈ, ਪਰਿਵਾਰ ਸੁੱਖ ਸਾਂਦ ਹੈ? ਬਸ ਕਿਰਪਾ ਜੀ ਪਰਮਾਤਮਾ ਦੀ। ਕਿੱਧਰ ਲੈ ਚੱਲਿਆ ਟਾਈਲਾਂ ਨੂੰ? ਹੱਥ ਬਸ ਵਿਹਲੇ ਸੀ ਘਰੇ, ਮੈਂ ਕਿਹਾ ਚਲੋ ਟਾਈਲਾਂ ਹੀ ਲਾ ਲੈਂਦੇ ਆਪਣੀਆਂ। ਹੋਰ ਕੰਮ ਕਰ ਕਿਵੇਂ ਹੈ ਤੇਰਾ? ਕੰਮ ਕਰ ਥੋੜ੍ਹਾ ਢਿੱਲਾ ਹੈ। ਕੋਈ ਗੱਲ ਨਹੀਂ, ਮੇਰੇ ਕੋਲ ਆ ਜਾ, ਮੇਰੇ ਕੋਲ ਹੈਗਾ ਕੰਮ, ਮੈਂ ਦੇ ਦਿੰਦਾ। ਬਾਬੂ ਜੀ ਦਿਹਾੜੀਆਂ ਤਾਂ ਇੰਨਾ ਟਾਈਮ ਹੋ ਗਿਆ ਕਰਦਿਆਂ ਨੂੰ, ਸੋਚਦਾ ਕੋਈ ਆਪਦਾ ਕੰਮ ਕਰੀਏ, ਜਵਾਕ ਚਾਹੀਦੀ ਰੋਟੀ ਪੈ ਜਾਣਗੇ। ਓਏ ਆਪ ਦਾ ਕਰ ਲਾ, ਮੈਂ ਠੇਕੇਦਾਰ ਹਾਂ, ਮੇਰੇ ਕੋਲ ਕਈ ਠੇਕੇ ਨੇ, ਇੱਕ ਤੂੰ ਲੈ ਲਾ ਉਸੇ ਭਾਤੇ। ਬਾਬੂ ਜੀ ਆਹ ਕੰਮ ਹੋਏ, ਹੋਰ ਕੀ ਚਾਹੀਦਾ? ਬੋਲੇ ਕੀ ਗੱਲ ਹੈ ਗੁਰਮੁਖ ਸਿਆ, ਆਈ ਸਾਥ ਨਾਲ ਸਭ ਕੁਛ ਹੁੰਦਾ, ਪਿਆਰ ਨਾਲ ਸਭ ਕੁਛ ਹੁੰਦਾ। ਠੀਕ ਹੈ ਜੀ, ਮੈਂ ਵੀ ਕਦੀ ਬਿਲਡਿੰਗ ਬਣਾ ਲੂੰ, ਮਿਹਰਬਾਨੀ ਬਾਬੂ ਜੀ। ਚੰਗਾ ਜੀ, ਚੰਗਾ, ਜਿਉਂਦਾ ਰਹਿ, ਆ ਜਾਇਓ ਸਵੇਰੇ। ਤੁਸੀਂ ਵੀ ਹੁਣ ਕੁਛ ਸੋਚੋ, ਅੱਜ ਉਹ ਕਿੱਥੇ ਪਹੁੰਚ ਗਏ ਨੇ ਤੇ ਤੁਸੀਂ ਉੱਥੇ ਦੇ ਉੱਥੇ ਹੀ। ਕੀ ਹੈ ਮੰਮੀ, ਹਮੇਸ਼ਾ ਪਾਪਾ ਦੇ ਨਾਲ ਚਿੱਕ ਚਿੱਕ ਕਰਦੇ ਰਹਿੰਦੇ ਹੋ ਤੁਸੀਂ, ਤੂੰ ਤੇ ਸਾਡੀ ਗੱਲ ਦੇ ਵਿੱਚ ਬੋਲ ਹੀ ਨਾ। ਵੇਖ ਲਓ ਪਾਪਾ, ਇਹ ਤਾਂ ਬੋਲੂਗੀ, ਲੱਗੇ ਰਹੋ ਫਿਰ ਤੁਸੀਂ ਦੋਵੇਂ ਪਿਓਤੀ। ਉਹ ਭਾਈ, ਜੇ ਤੁਹਾਡੇ ਮੀਆਂ ਬੀਬੀ ਦਾ ਰੋਜ਼ ਦਾ ਪ੍ਰੋਗਰਾਮ ਮੁੱਕ ਗਿਆ ਹੋਵੇ ਤੇ ਚਲੀਏ ਕੰਮ ਤੇ। ਬਿਲਕੁਲ ਚਲੀਏ ਵੀਰ ਜੀ। ਚਲੋ ਭਾਈ, ਬਹੁਤ ਲੇਟ ਹੋ ਗਏ। ਪੁੱਤ ਤੇਰਾ ਡਰਾਈਵਰ ਗੱਡੀ ਪਹੁੰਚ ਜਾ। ਥੈਂਕ ਯੂ। ਤੂੰ ਇੱਥੇ ਬੈਠ ਕੇ ਬਿਸਕੁਟ ਖਾ ਤੇ ਮੈਂ ਸਬਜ਼ੀ ਕੱਟ ਲਾਂ। ਲਿਆਓ ਦਾਦੀ ਜੀ। ਮੰਮੀ ਜੀ ਦੁੱਧ ਗਰਮ ਹੋ ਗਿਆ। ਪੁੱਤ ਚੰਗਾ ਕੀਤਾ, ਤੂੰ ਜ਼ਿਆਦਾ ਕੰਮ ਨਾ ਕਰਿਆ ਕਰ, ਚੱਲ ਆ ਅਸੀਂ ਬਾਹਰ ਜਾ ਕੇ ਸਬਜ਼ੀ ਕੱਢਦੇ ਹਾਂ, ਆ ਜਾ। ਚੰਗਾ ਮੰਮੀ ਜੀ। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਮੇਰਾ ਪੁੱਤ, ਜਿਉਂਦਾ ਰਹਿ, ਰੱਬ ਮਿਹਰ ਕਰੇ। ਮੰਮੀ ਜੀ ਮੈਂ ਗੱਡੀ ਬਾਹਰ ਕੱਢਣ ਜਾ ਰਿਹਾ, ਲਿਆਓ ਮੈਨੂੰ ਰੋਟੀ ਵਾਲਾ ਡੱਬਾ ਦਿਓ। ਪੁੱਤ ਹਜੇ ਤਾਂ ਮੈਂ ਪੈਕ ਨਹੀਂ ਕੀਤਾ, ਹੁਣੇ ਸਿਮਰਨ ਹੱਥ ਭੇਜਦੀ ਹਾਂ, ਤੂੰ ਜਾ ਕੇ ਗੱਡੀ ਬਾਹਰ ਕੱਢ ਲੈ। ਠੀਕ ਹੈ, ਚੰਗਾ ਹਰਪ੍ਰੀਤ। ਲਿਆਓ ਮੰਮੀ ਜੀ ਮੈਂ ਪੈਕ ਕਰ ਦਿੰਦੀ ਹਾਂ। ਤੂੰ ਬਹੁਤਾ ਕੰਮ ਨਾ ਕਰਿਆ ਕਰ, ਬੈਠ। ਸਿਮਰਨ ਪੁੱਤ। ਹਾਂਜੀ ਮੰਮੀ ਜੀ। ਰੋਟੀ ਵਾਲਾ ਡੱਬਾ ਪੈਕ ਕਰਕੇ ਪਾਪਾ ਦੀ ਗੱਡੀ ਚ ਰੱਖਿਆ, ਤੇਰਾ ਵੀਰ ਸਤਨਾਮ ਬਾਹਰ ਗੱਡੀ ਕੱਢਣ ਗਿਆ, ਹੁਣੇ ਰੱਖਦੀ ਆ ਮੈਂ। ਚੰਗਾ ਵੀ ਕੁਲਜੀਤ ਕੁਰੇ, ਮੈਂ ਚੱਲਦਾ ਕੰਮ ਤੇ। ਹੈ ਚੰਗਾ ਜੀ। ਸਤਿ ਸ਼੍ਰੀ ਅਕਾਲ ਪਾਪਾ ਜੀ, ਪੈਰੀ ਪੈਂਦੀ। ਓ ਨਹੀਂ ਨਹੀਂ, ਬਸ ਬਸ ਬਸ, ਖੁਦ ਬਹੁਤ ਆਰਾਮ ਕਰਿਆ ਕਰ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਆਰਾਮ ਕਰਿਆ ਕਰ, ਇਹ ਮੰਦੀ ਵੀ ਨਹੀਂ ਤੇ ਕੰਮ ਕਰਨ ਤੋਂ ਹਟਦੀ ਵੀ ਨਹੀਂ। ਮੰਮੀ ਜੀ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਕੰਮ ਕਰਦੇ ਹੋ ਤੇ ਮੈਂ ਵਿਹਲੀ ਬੈਠੀ ਹੋਵਾਂ। ਨਾ ਧੀਏ, ਤੈਨੂੰ ਆਉਣ ਵਾਲੇ ਜੀ ਦਾ ਬਹੁਤ ਧਿਆਨ ਰੱਖਣਾ ਪੈਣਾ। ਦੇਖ ਪੁੱਤ, ਘਰ 'ਚ ਕੰਮ ਕਰਨ ਨੂੰ ਤੇਰੀ ਮੰਮੀ ਸਿਮਰਨ ਅਸੀਂ ਸਾਰੇ ਹਾਂ ਨਾ। ਹਾਂਜੀ। ਤੂੰ ਮੇਰੀ ਧੀ ਆਰਾਮ ਕਰਨਾ, ਸਿਰਫ ਐਵੇਂ ਨਾ ਕੋਈ ਮੁਸੀਬਤ ਆ ਜਾਵੇ। ਪਾਪਾ ਜੀ ਤੁਸੀਂ ਆਪ ਹੀ ਸਾਨੂੰ ਮੁਸੀਬਤਾਂ ਨਾਲ ਲੜਨ ਦਾ ਜਜ਼ਬਾ ਦਿੰਦੇ ਸੀ ਤੇ ਅੱਜ ਤੁਸੀਂ ਆਪ। ਓ ਮੇਰਾ ਪੁੱਤ, ਬਸ ਆਰਾਮ ਕਰਨਾ ਧੀਏ ਤੂੰ। ਚੰਗਾ ਫਿਰ, ਚੱਲ ਵੀ ਸਤਪਾਲ ਸਿਆ। ਚਲੋ ਜੀ। ਚੰਗਾ ਪਾਪਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਪਰਮਾਤਮਾ ਤੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵੇ। ਚੰਗਾ ਮੇਰਾ ਸ਼ੇਰ। ਇੱਕ
ਨੀ ਪੂਜਾ, ਅੱਜ ਮੇਰੇ ਹੱਥ ਦੀ ਚਾਹ ਪੀ ਲੈ। ਹੋਰ ਦੱਸ, ਅੱਜ ਕਿੱਦਾਂ ਰਸਤਾ ਭੁੱਲ ਗਈ ਇੱਧਰ ਦਾ? ਨੀ ਭੈਣ ਜੀ, ਮੈਂ ਤਾਂ ਰੋਜ਼ ਆਉਣ ਬਾਰੇ ਸੋਚਦੀ ਸੀ, ਅੱਜ ਫਿਰ ਮੈਂ ਆ ਹੀ ਗਈ। ਹੋਰ ਦੱਸੋ, ਤੁਹਾਡੇ ਕੀ ਹਾਲ ਚਾਲ ਨੇ? ਠੀਕ ਹੀ ਆ। ਕੀ ਗੱਲ, ਚਿੰਤਾ ਕਿਸੇ ਗੱਲ ਦੀ? ਹੁਣ ਤੈਨੂੰ ਮੈਂ ਕੀ ਦੱਸਾਂ? ਲੈ, ਜੇ ਮੈਨੂੰ ਦੱਸੇਂਗੀ ਨੀ, ਭਲਾ ਮੈਨੂੰ ਕੀ ਪਤਾ ਲੱਗੂ? ਕੀ ਪਤਾ ਮੈਂ ਤੇਰੀ ਕੋਈ ਮਦਦ ਹੀ ਕਰ ਦੇਵਾਂ। ਨੀ ਤੂੰ ਜਾਣਦੀ ਆ ਉਹ ਗੁਰਮੁਖ ਸਿੰਘਣਾ ਨੂੰ? ਲੈ ਭੈਣ ਜੀ, ਉਹਨਾਂ ਨੂੰ ਕੌਣ ਨੀ ਜਾਣਦਾ? ਉਹਨਾਂ ਦੀ ਤਾਂ ਅੱਜ ਕੱਲ੍ਹ ਬਹੁਤ ਚੜ੍ਹਾਈ ਆ। ਨਾਲੇ ਉਹਨਾਂ ਦਾ ਕੰਮ ਤਾਂ ਸ਼ੁਰੂ ਤੁਹਾਡੇ ਘਰ ਵਾਲੇ ਨੇ ਨੀ ਕਰਾਇਆ ਸੀ? ਇਸੇ ਗੱਲ ਦਾ ਤੇ ਰੋਣਾ ਆ, ਉਹਨਾਂ ਦੇ ਕਰਕੇ ਸਾਰੇ ਪਿੰਡ 'ਚ ਸਾਡੀ ਇੱਜ਼ਤ ਹੀ ਖਤਮ ਹੋ ਗਈ ਆ। ਹੈਂ, ਇਹ ਤੂੰ ਕੀ ਕਹਿੰਦੀ ਆ? ਸੱਚ ਹੀ ਤਾਂ ਕਹਿ ਰਹੀ ਆ, ਮੈਨੂੰ ਨਾ ਹੁਣ ਉਹ ਵਿਓਹ ਵਾਂਗੂ ਵਿਖਾਈ ਦਿੰਦੇ ਆ। ਜੇ ਕਿਤੇ ਮੇਰੇ ਵਾਸਤੇ ਹੋਵੇ ਨਾ, ਤੇ ਮੈਂ ਤੇ ਉਹਨਾਂ ਦਾ ਕੰਮ ਤਹਿਸ਼ ਨਹਿਸ਼ ਕਰਕੇ ਰੱਖ ਦਵਾਂ। ਨਾ 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 ਨਾ, ਤੈਨੂੰ ਕੁਛ ਕਰਨ ਦੀ ਲੋੜ ਨਹੀਂ, ਇਹਦਾ ਹੱਲ ਤੈਨੂੰ ਮੈਂ ਦੱਸਦੀ। ਹੈਂ, ਉਹ ਕੀ? ਸਾਡੇ ਪਿੰਡ ਇੱਕ ਬਾਬਾ ਹੈ, ਉਹਦਾ ਨਾਂ ਜਿੰਨਾ ਬਾਬਾ। ਉਹ ਤਾਂ ਭੈਣ ਜੀ ਬਹੁਤ ਕਰਨੀ ਵਾਲਾ ਹੈ, ਉਹਦੀ ਤਾਂ ਟੀਵੀ 'ਤੇ ਮਸ਼ਹੂਰੀ ਵੀ ਬਹੁਤ ਆਉਂਦੀ ਹੈ। ਅੱਛਾ, ਤੂੰ ਗਈ ਆ ਉਹਦੇ ਕੋਲ? ਮੈਂ ਗਈ ਤਾਂ ਨਹੀਂ ਕਦੇ, ਪਰ ਮੈਂ ਜਗ੍ਹਾ ਜ਼ਰੂਰ ਦੇਖੀ ਆ। ਬਸ ਤੂੰ ਇੱਕ ਵਾਰੀ ਕੰਮ ਕਹਿ ਦੀ, ਝੱਟ ਕੰਮ ਹੋ ਜੂ ਭੈਣ ਜੀ ਤੇਰਾ। ਠੀਕ ਆ, ਫਿਰ ਆਪਾਂ ਚੱਲਾਂਗੀਆਂ, ਤੂੰ ਚੱਲੇਂਗੀ ਮੇਰੇ ਨਾਲ? ਬਸ ਠੀਕ ਆ ਭੈਣ ਜੀ, ਆਪਾਂ ਕੱਲ੍ਹ ਹੀ ਚੱਲਦੀਆਂ। ਕੱਲ੍ਹ ਤਾਂ ਹੁਣ ਬਣੂ, ਮੈਂ ਵੇਖ ਲਿਆ ਆਪਣੇ ਬੰਦੇ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ, ਉਹਨੇ ਮੇਰੀ ਇੱਕ ਨਹੀਂ ਸੁਣਨੀ। ਹੁਣ ਤੇ ਜੋ ਕੁਛ ਕਰੂੰ, ਜਿੰਨਾ ਬਾਬਾ ਹੀ ਕਰੂੰ। ਓਏ ਮਗਿਆ ਪਮੀਰੀ। ਹਾਂ ਵੀਰੇ। ਓਏ ਆਪਾਂ ਜਿੰਨਾ ਬਾਬੇ ਦੇ ਚੇਲੇ ਹੈ। ਮੈਂ ਕਦੋਂ ਕਿਹਾ ਮੈਂ ਜਿੰਨਾ ਬਾਬੇ ਦਾ ਉਸਤਾਦ ਆ? ਉਹ ਭਾਵੇਂ ਮੈਂ ਵੇਲਾ, ਪਰ ਜਿੰਨਾ ਬਾਬੇ ਦਾ ਚੇਲਾ ਜਾ ਜਿੰਨਾ ਬਾਬੇ ਦੀ। ਮੇਰੀ ਗੱਲ ਸਮਝ ਆ ਲਈ, ਮੈਂ ਬਾਬਾ ਜੀ ਦਾ ਨਾ ਚਮਕਾਉਣਾ ਚਾਹੁੰਦਾ। ਮੈਂ ਥੱਪੜ ਮਾਰਨਾ ਤੇਰੇ ਚਮਕਾਉਣਾ ਚਾਹੁੰਦਾ? ਬਾਬਾ ਜੀ ਦੇ ਨਾਂ ਤੇ ਪਹਿਲਾਂ ਕਿਹੜਾ ਘੱਟਾ ਪਿਆ ਜਿਹੜਾ ਚਮਕਾਉਣਾ? ਓਹੋ, ਉਹ ਮੇਰਾ ਮਤਲਬ ਹੈ ਵੀ ਮੈਂ ਨਾ ਰੋਸ਼ਨ ਕਰਨਾ ਚਾਹੁੰਦਾ। ਹਾਂ, ਏਦਾਂ ਕਹਿ ਨਾ ਵੀਰੇ, ਜੇ ਤੂੰ ਬਾਬਾ ਜੀ ਦਾ ਨਾਂ ਰੋਸ਼ਨ ਕਰਨਾ ਨਾ, ਤੇ ਬਾਕੀ ਦੀਆਂ ਗੱਲਾਂ ਭੁੱਲ ਕੇ ਪ੍ਰਚਾਰ ਕਰ ਖੁੱਲ ਕੇ। ਉਹ ਵੀ ਦੱਸ ਵੀ ਪ੍ਰਚਾਰ ਮੈਂ ਕਰਾਂ ਕਿਵੇਂ? ਤੂੰ ਇਸ ਤਰ੍ਹਾਂ ਕਰੀ ਕੇ ਇੱਕ ਰਿਕਸ਼ਾ ਕਰ ਲਈ। ਕਰ ਲਿਆ। ਤੇ ਹੱਥ ਦੇ ਵਿੱਚ ਸਪੀਕਰ ਫੜ ਲਈ। ਫੜ ਲਿਆ। ਤੇ ਪਿੰਡੋਂ ਪਿੰਡੀ ਜਾ ਕੇ ਪੂਰੇ ਜੋਸ਼ ਦੇ ਨਾਲ ਤੂੰ ਕਹਿਣਾ। ਉਹ ਮੈਨੂੰ ਦੱਸੇਗਾ ਫੇਰ ਹੀ ਪਤਾ ਲੱਗੂ ਵੀ ਕਹਿਣਾ ਕੀ ਹੈ। ਤੂੰ ਕਹਿਣਾ ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ। ਠੀਕ ਹੈ। ਭੈਣੋ ਤੇ ਭਰਾਵੋ, ਕੰਨ ਖੋਲ ਕੇ ਸੁਣੋ। ਹਾਂ। ਜੇ ਕਿਸੇ ਨੂੰ ਪੈਸੇ ਦੀ ਥੋੜ ਆ, ਜਾਂ ਕਿਸੇ ਨੂੰ ਬੱਚੇ ਦੀ ਲੋੜ ਆ। ਠੀਕ ਹੈ। ਜੇ ਕਿਸੇ ਨੇ ਘਰ ਖੁਸ਼ੀਆਂ ਦੇ ਨਾਲ ਭਰਨਾ ਹੋਵੇ, ਜਾਂ ਕਿਸੇ ਨੇ ਆਪਣਾ ਬਿਜ਼ਨਸ ਸੈੱਟ ਕਰਨਾ ਹੋਵੇ। ਭੱਲੇ। ਮਾਮਾ ਚਾਚਾ ਫੁੱਫੜ ਤਾਇਆ ਤਾਈ ਭੂਆ ਚਾਚੀ ਮਾਮੀ ਮੰਮੀ ਡੈਡੀ ਭੈਣ ਭਰਾ ਜਾਂ ਕਸਰ ਹੈ ਤੁਹਾਡੇ ਦਾਦੇ ਨੂੰ, ਤੇ ਇੱਕ ਵਾਰੀ ਆ ਕੇ ਮਿਲੋ ਜਿੰਨਾ ਬਾਬੇ ਨੂੰ, ਜਿੰਨਾ ਬਾਬੇ ਨੂੰ, ਜਿੰਨਾ ਬਾਬੇ ਨੂੰ। ਇਹ ਨੁਸਖਾ ਨਾ ਕਿਸੇ ਦੁਕਾਨ ਤੋਂ, ਨਾ ਕਿਸੇ ਢਾਬੇ ਤੋਂ ਮਿਲਦਾ, ਇਹ ਸਿਰਫ ਜਿੰਨਾ ਬਾਬੇ ਤੋਂ ਮਿਲਦਾ। ਬੋਲੋ ਜਿੰਨਾ ਬਾਬੇ ਦੀ ਜੈ। ਬੋਲੋ ਜੈ ਜੈ। ਹੁਣ ਪਤਾ ਲੱਗ ਗਿਆ ਕਿੱਦਾਂ ਕਰਨਾ ਪ੍ਰਚਾਰ? ਹਾਂ ਪਤਾ ਲੱਗ ਗਿਆ। ਹਾਂ ਪਤਾ ਲੱਗ ਗਿਆ ਬਾਈ। ਬਸ ਇਸ ਤਰੀਕੇ ਨਾਲ ਪ੍ਰਚਾਰ ਕਰਨਾ ਵੀਰੇ। ਹਾਂ, ਮੈਨੂੰ ਲੱਗਦਾ ਸਾਹਮਣੇ ਕੋਈ ਜਨਾਨੀ ਆਉਂਦੇ ਡੇਰੇ ਵਾਲ। ਹਾਂ ਬੀਬੀ ਆਉਂਦੀ ਹੈ। ਹਾਂ ਆ ਜਾ ਮੇਰੇ ਪਿੱਛੇ ਪਿੱਛੇ ਆ ਜਾ, ਵੇਖਦੇ ਆ ਕੀ ਬਣਦਾ। ਸੁਣਿਆ ਤਾਂ ਕਹਿੰਦੇ ਬਹੁਤ ਕਰਨੀ ਵਾਲਾ। ਗੱਲ ਨੂੰ ਸੀਰੀਅਸ ਹੋ ਕੇ ਸੁਣੀ ਨਾ। ਹੋਰ ਮੈਂ ਹੁਣ ਗਲੂਕੋਜ਼ ਲਵਾ ਲਵਾਂ। ਗਲੂਕੋਜ਼ ਨਹੀਂ, ਮੂੰਹ ਤੇ ਟੇਪ ਲਵਾ। ਆਓ ਜੀ ਆਓ ਜੀ, ਸਤਿ ਸ਼੍ਰੀ ਅਕਾਲ। ਦੱਸੋ ਜੀ ਕੀ ਕੰਮ ਹੈ? ਜੋਨੀ ਬਾਬਾ ਦਾ ਡੇਰਾ ਆਈ ਆ? ਨਹੀਂ ਜੀ। ਫੇਰ ਕਿਹਦਾ ਡੇਰਾ ਹੈ? ਜਿੰਨਾ ਬਾਬਾ ਦਾ। ਉਹ ਇੱਕੋ ਹੀ ਗੱਲ ਆ। ਇੱਕੋ ਹੀ ਗੱਲ ਕਿੱਥੇ ਹੈ ਜੀ? ਇੰਨੀ ਮੁਸ਼ਕਲ ਨਾਲ ਸਾਡੇ ਬਾਬਾ ਜੀ ਨੇ ਨਾਂ ਬਣਾਇਆ ਜਿੰਨਾ ਬਾਬਾ, ਤੇ ਤੁਸੀਂ ਨਾ ਹੀ ਵਿਗਾੜੀ ਜਾਣ ਡਏ ਹੋ। ਪੰਜ ਪੰਜ ਚੈਨਲਾਂ ਤੇ ਐਡ ਚੱਲਣ ਡਈ ਸਾਡੇ ਬਾਬਾ ਜੀ ਦੀ। ਹਾਂਜੀ ਹਾਂਜੀ, ਮੈਂ ਵੀ ਵੇਖਿਆ।
ਤੁਹਾਡੇ ਬਾਬਾ ਜੀ ਦੀ ਟੀਵੀ ਤੇ ਐਡ ਆਉਂਦੀ ਹੈ ਨਾ? ਐਡ ਮੈਂ ਕਿਹਾ ਟੀਵੀ ਤੇ ਆਉਂਦੀ ਹੈ, ਫ੍ਰਿਜ ਤਾਂ ਅਜੇ ਅਸੀਂ ਦਿੱਤੇ ਨਹੀਂ। ਓਏ ਮੂਰਖਾ ਕੀ ਬੋਲੀ ਜਾਣਾ। ਇੱਕ ਕੰਮ ਸੀ ਬਾਬਾ ਜੀ ਦੇ ਨਾਲ। ਮੈਂ ਕਿਹਾ ਕੰਮ ਸਾਨੂੰ ਦੱਸੋ, ਅਸੀਂ ਕਿਹੜਾ ਇੱਥੇ ਪਕੌੜੇ ਤਲ ਬੈਠੇ ਹਾਂ, ਕਿਉਂ ਭਮੀਰੀ? ਸਾਡੇ ਬਾਬਾ ਜੀ ਦੇ ਵਿੱਚ ਨਾ ਸ਼ਕਤੀਆਂ ਬਹੁਤ ਜ਼ਿਆਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਹੜੀਆਂ ਸ਼ਕਤੀਆਂ ਤੁਹਾਡੇ ਬਾਬਾ ਜੀ ਦੇ ਕੋਲ? ਕਾਂ ਨੂੰ ਤੋਤਾ ਬਣਾ ਦੇਣਾ, ਬਾਂਦਰ ਨੂੰ ਖੋਤਾ ਬਣਾ ਦੇਣਾ, ਉੱਡਦੀ ਚਿੜੀ ਨੂੰ ਮੁੱਠੀ ਚ ਬੰਦ ਕਰ ਲੈਣਾ। ਇੰਨੇ ਛੋਟੇ ਛੋਟੇ ਕੰਮ ਨਹੀਂ ਜੇ ਕਰਦੇ ਸਾਡੇ ਬਾਬਾ ਜੀ। ਤੇ ਫੇਰ ਕਿਹੜੇ ਕੰਮ ਕਰਦੇ ਤੁਹਾਡੇ ਬਾਬਾ ਜੀ? ਵੱਡੇ ਕੰਮ ਕਰਦੇ ਆ ਵੱਡੇ। ਮੰਨ ਲਓ ਕਿਸੇ ਦਾ ਕੰਮ ਨਹੀਂ ਜੇ ਚੱਲਦਾ, ਉਹ ਕੰਮ ਚਲਾ ਦਿੰਦੇ ਆ। ਮੰਨ ਲਓ ਦੁਸ਼ਮਣ ਪਿੱਛੇ ਪਿਆ, ਦੁਸ਼ਮਣਾਂ ਤੋਂ ਛੁਟਕਾਰਾ ਦਵਾ ਦਿੰਦੇ ਆ। ਉਦੋਂ ਬਾਅਦ ਕਿਤੇ ਬੋਲੀ ਜਾਏਗਾ ਕਿ ਸਾਨੂੰ ਬਾਬੇ ਨਾਲ ਵੀ ਮਿਲਾਏਗਾ? ਪੱਕਾ ਜੀ? ਬੀਰੀ ਜਾਂ ਬਾਬਾ ਜੀ ਨਾਲ ਮਿਲਾ ਲਿਆ। ਠੀਕ ਹੈ, ਹਾਂ ਵੇਖ ਲਈ ਕਿਤੇ ਸਮਾਧੀ ਚ ਨਾ ਬੈਠੇ ਹੁਣ, ਪੁੱਛ ਲੈ ਪਹਿਲਾਂ। ਕੋਈ ਗੱਲ ਨਹੀਂ, ਆਜੋ ਜੀ, ਜਾਓ ਜੀ, ਆਜੋ। ਜਿੰਨਾ ਬਾਬੇ ਦੀ ਜੈ, ਜਿੰਨਾ ਬਾਬਾ ਦੀ ਜੈ, ਜਿੰਨਾ ਬਾਬੇ ਦੀ, ਜਿੰਨੇ ਬਾਬੇ ਦੀ ਜੈ, ਜਿੰਨਾ ਬਾਬਾ ਜੀ ਦੀ ਜੈ। ਜੈ ਜਿੰਨਾ ਬਾਬਾ ਜੀ, ਜੈ ਬਾਬਾ ਜੀ ਦੀ। ਆਓ ਬੀਬਾ, ਤੁਹਾਨੂੰ ਕੀ ਪਰੇਸ਼ਾਨੀ ਹੈ? ਨਾ ਬਾਬਾ ਜੀ, ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ, ਆ ਭੈਣ ਜੀ ਬਹੁਤ ਪਰੇਸ਼ਾਨ ਹੈ, ਇਹਨਾਂ ਦੀ ਪਰੇਸ਼ਾਨੀ ਦਾ ਹੱਲ ਕਰੋ। ਦੱਸੋ ਬੀਬਾ, ਤੁਹਾਨੂੰ ਕੋਈ ਕਾਰੋਬਾਰ ਦੀ ਪਰੇਸ਼ਾਨੀ ਹੈ? ਨਹੀਂ ਬਾਬਾ ਜੀ, ਕਾਰੋਬਾਰ ਤਾਂ ਸਾਡਾ ਠੀਕ ਠਾਕ ਹੈ, ਪਰ ਕੁਝ ਸਮਾਂ ਪਹਿਲਾਂ ਨਾ ਸਾਡੇ ਗੁਆਂਢ ਗੁਰਮੁਖ ਸਿੰਘ ਆਏ ਸੀ, ਪਰ ਜਦੋਂ ਆਏ ਸੀ ਨਾ ਉਹਨਾਂ ਕੋਲ ਕੁਛ ਵੀ ਨਹੀਂ ਸੀ ਹੈਗਾ। ਮੇਰੇ ਘਰ ਵਾਲੇ ਨੇ ਉਹਨਾਂ ਨੂੰ ਕਾਰੋਬਾਰ ਸ਼ੁਰੂ ਕਰਕੇ ਦਿੱਤਾ। ਹੁਣ ਉਹਨਾਂ ਦਾ ਕਾਰੋਬਾਰ ਸਾਡੇ ਕਾਰੋਬਾਰ ਨਾਲੋਂ ਵੱਧ ਗਿਆ, ਥੋੜੇ ਹੀ ਟਾਈਮ 'ਚ ਉਹਨਾਂ ਨੇ ਬੜੀ ਤਰੱਕੀ ਕਰ ਲਈ ਹੈ। ਇਹ ਤਾਂ ਚੰਗੀ ਗੱਲ ਹੈ। ਗੱਲ ਤਾਂ ਚੰਗੀ ਹੈ, ਪਰ ਅਸੀਂ ਇਹਨਾਂ ਦੇ ਆਉਣ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਬਹੁਤ ਖੁਸ਼ ਸੀਗੇ, ਪਰ ਇਹਨਾਂ ਦੇ ਆਉਣ ਕਰਕੇ ਸਾਡੀ ਪਿੰਡ ਦੇ ਵਿੱਚ ਪੁੱਛਗਿੱਛ ਹੀ ਖਤਮ ਹੋ ਗਈ। ਫਿਰ ਤੁਸੀਂ ਦੱਸੋ, ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ? ਮੈਂ ਬਸ ਇਹੀ ਚਾਹੁੰਦੀ ਹਾਂ ਕਿ ਉਹਨਾਂ ਦਾ ਕਾਰੋਬਾਰ ਮੇਰੇ ਘਰ ਵਾਲੇ ਦੇ ਕਾਰੋਬਾਰ ਤੋਂ ਠਾਂ ਚਲਾ ਜਾਵੇ। ਠੀਕ ਹੈ, ਅਸੀਂ ਉਹਨਾਂ ਦਾ ਕਾਰੋਬਾਰ ਠੱਪ ਕਰ ਦਿੰਦੇ ਹਾਂ, ਸਿਰਫ ਦੋ ਦਿਨਾਂ ਦੇ ਵਿੱਚ, ਸਿਰਫ ਦੋ ਦਿਨਾਂ ਦੇ ਵਿੱਚ, ਸਿਰਫ ਦੋ ਦਿਨਾਂ ਦੇ ਵਿੱਚ, ਸਮਝ ਲਓ ਉਹਨਾਂ ਦਾ ਕਾਰੋਬਾਰ ਠੱਪ। ਪਰ ਕੀ ਬਾਬਾ ਜੀ? ਪਰ ਇਸ ਕੰਮ ਲਈ ਖਰਚਾ ਲੱਗੇਗਾ। ਖਰਚੇ ਦੀ ਕੋਈ ਗੱਲ ਨਹੀਂ ਬਾਬਾ ਜੀ, ਜਿੰਨਾ ਖਰਚਾ ਲੱਗੇਗਾ ਮੈਂ ਕਰ ਦਾਂਗੀ, ਪਰ ਕੰਮ ਹੋਣਾ ਚਾਹੀਦਾ। ਕੰਮ ਹੋਏਗਾ, ਇਹ ਜਿੰਨਾ ਬਾਬਾ ਦੀ ਜ਼ੁਬਾਨ ਹੈ ਤੇਰੇ ਨਾਲ, ਕਿਉਂਕਿ ਜਿੰਨਾ ਬਾਬਾ ਦੇ ਛੱਡੇ ਹੋਏ ਜੰਤਰ ਮੰਤਰ ਤੇ ਇਲਮ ਕਦੇ ਪੁੱਠੇ ਨਹੀਂ ਪੈਂਦੇ। ਯੰਤਰੂ ਮੰਤਰੂ ਕਲਾ ਕਲੰਤਰੂ, ਉਹਨਾਂ ਦਾ ਕਾਰੋਬਾਰ ਹੋ ਜਾਏ ਉਡੰਤਰੂ। ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ, ਸਤਨਾਮ ਸ਼੍ਰੀ ਵਾਹਿਗੁਰੂ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਸਰ, ਆਪ ਜੀ ਨੂੰ ਮਿਲਣ ਵਾਸਤੇ ਮੰਗਤ ਰਾਮ ਜੀ ਆਏ ਨੇ, ਬੁਲਾਓ। ਠੀਕ ਹੈ ਜੀ। ਵਾਹ ਜੀ ਮੰਗਤ ਰਾਮ ਜੀ, ਵਾਹ, ਧੰਨ ਭਾਗ ਮੰਗਤ ਰਾਮ ਜੀ, ਧੰਨ ਭਾਗ ਸਾਡੇ ਦਫ਼ਤਰ ਚਰਨ ਪੈ ਗਏ ਤੁਹਾਡੇ ਮਹਾਰਾਜ। ਆਜ ਬੈਠੋ। ਨਾ ਜੀ ਨਾ, ਨਾ ਨਾ। ਕਿਉਂ? ਇਹ ਬਾਬੇ ਨਾਨਕ ਨੇ ਤੈਨੂੰ ਬਖਸ਼ੇ ਨੇ, ਤੇਰੀ ਮਿਹਨਤ ਤੋਂ ਭਾਗ ਲੱਗੇ ਨੇ, ਮੈਂ ਨਹੀਂ ਇੱਥੇ ਬੈਠ ਸਕਦਾ। ਤੂੰ ਨਹੀਂ, ਫਿਰ ਮੈਂ ਵੀ ਨਹੀਂ ਤੁਹਾਡੇ ਸਾਹਮਣੇ ਇੱਥੇ ਬੈਠ ਸਕਦਾ। ਆਜੋ ਉੱਥੇ ਬਹਿ ਕੇ ਗੱਲ ਕਰਦੇ ਹਾਂ। ਚਲੋ ਆਜੋ, ਬੈਠੋ ਇੱਥੇ। ਬਾਈ ਆ, ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਗੇੜਾ ਮਾਰ ਲਿਆ। ਮੈਂ ਅੱਜ ਨਿਕਲਿਆ ਜਾ ਰਿਹਾ ਸੀ, ਮੈਂ ਚਲੋ ਅੱਜ ਦਰਸ਼ਨ ਕਰਕੇ ਚੱਲਦੇ ਹਾਂ। ਬੜੀ ਖੁਸ਼ੀ, ਬੜੀ ਖੁਸ਼ੀ, ਬੜੀ ਕਿਰਪਾ ਕੀਤੀ ਬਾਬੇ ਨਾਨਕ ਨੇ। ਦੇਖੋ ਜੀ, ਬੇਸ਼ੱਕ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੀ ਹੈ, ਪਰ ਉਹ ਕਿਸੇ ਬੰਦੇ ਦੇ ਰਾਹੀਂ ਕਰਦਾ। ਇਹ ਸਭ ਲਹਿਰਾਂ ਬਹਿਰਾਂ ਤੁਹਾਡੀਆਂ ਹੀ ਲਾਈਆਂ ਹੋਈਆਂ ਨੇ। ਨਹੀਂ ਨਹੀਂ ਨਹੀਂ, ਤੇਰੇ ਵੱਡੇ ਭਾਗ ਨੇ। ਤੁਸੀਂ ਮੇਰੇ 'ਤੇ ਭਰੋਸਾ ਕਰਕੇ ਐਡਾ ਵੱਡਾ ਅਹਿਸਾਨ ਕੀਤਾ, ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਨਹੀਂ 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 ਗੁਰਮੁਖ ਸਿੰਘ, ਬੜੀ ਕਿਰਪਾ, ਮੈਨੂੰ ਬਹੁਤ ਖੁਸ਼ੀ ਹੋਈ, ਬਾਬੇ ਨਾਨਕ ਨੇ ਬਹੁਤ ਕਿਰਪਾ ਕੀਤੀ ਤੁਹਾਡੇ 'ਤੇ। ਹਾਂ ਬਈ। ਸਰ, ਇਹ ਚੈੱਕ ਸਾਈਨ ਕਰਨੇ ਸੀ। ਲਿਆ ਲਿਆ।
ਸਰ ਇਹ 9,65,000 ਦਾ ਚੈੱਕ ਐਮ ਕੇ ਟ੍ਰੇਡਰਸ ਨੂੰ ਦੇਣਾ ਠੀਕ ਹੈ ਅਤੇ 7,00,000 ਦਾ ਸਿੰਘ ਬਿਲਡਰ ਨੂੰ ਸਰ ਅਤੇ 1,1,00,000 ਦੇ 4 ਚੈੱਕ ਨੇ ਅਨਾਥ ਆਸ਼ਰਮਾਂ 'ਚ ਦੇਣੇ ਜੀ ਠੀਕ ਹੈ ਅਤੇ ਅੱਜ ਹੀ ਭਿਜਵਾ ਦਿਓ ਠੀਕ ਹੈ ਜੀ ਉਹ ਤਾਂ ਕੁਛ ਨਹੀਂ ਬਾਈ ਜੀ ਬਸ ਮੈਂ ਬਹੁਤ ਖੁਸ਼ ਹਾਂ ਰੱਬ ਨੇ ਜਿੰਨੇ ਤੈਨੂੰ ਭਾਗ ਲਾਏ ਨੇ ਤੂੰ ਉਸ ਕਮਾਈ ਚੋਂ ਦਿਲ ਫੁੱਲ ਲੋਕਾਂ ਨੂੰ ਦਿੰਦਾ ਬਹੁਤ ਖੁਸ਼ੀ ਮਿਲੀ ਸਕੂਨ ਮਿਲਿਆ ਮੈਨੂੰ ਦੇਖੋ ਜੀ ਜਦੋਂ ਪਰਮਾਤਮਾ ਦਿੰਦਾ ਉਹਦੇ ਵਿੱਚੋਂ ਤਿਲ ਫੁੱਲ ਜ਼ਰੂਰ ਦਸਮਾਂ ਦਸੌਂਦ ਕਰਨਾ ਚਾਹੀਦਾ ਜੀ ਕਹਿੰਦੇ ਤੁਸੀਂ ਮੇਰੇ ਲਈ ਰੱਬ ਬਣ ਕੇ ਬੋੜੇ ਇਹ ਆਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਕਿਉਂ ਸ਼ਰਮਿੰਦਾ ਕਰਦਾ ਛੋਟੇ ਵੀਰ ਜਿਉਂਦਾ ਰਹਿ ਸੁਖਵਿੰਦਰ ਚਾਹ ਲਿਆ ਬਾਈ ਨਹੀਂ ਚਾਹ ਨਹੀਂ ਨਹੀਂ ਬਾਈ ਚਾਹ ਤਾਂ ਕੁੜਤਾ ਪੀਣਾ ਹੀ ਹੈ ਨਹੀਂ ਨਹੀਂ ਫਿਰ ਸਹੀ 2 ਮਿੰਟ ਲੱਗਣੇ ਬਸ ਘਰੇ ਆਊਂਗਾ ਪੱਕਾ ਕਿਸੇ ਦਿਨ ਟਾਈਮ ਕੱਢ ਕੇ ਆਓ ਚੰਗਾ ਆ ਜਾਓ ਟਾਈਮ ਕੱਢ ਕੇ ਆਓ ਘਰੇ ਬਸ 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 ਨਹੀਂ ਮੈਂ ਛੱਡ ਕੇ ਆਉਣਾ ਚੰਗਾ ਜਿਉਂਦਾ ਰਹਿ ਠੀਕ ਹੈ ਜੀ ਮਹਾਰਾਜ ਸਿਮਰਨ ਪੁੱਤ ਹਾਂਜੀ ਮੰਮੀ ਜੀ ਪੁੱਤ ਤੇਰੇ ਪਾਪਾ ਤੇ ਤੇਰੇ ਵੀਰ ਦੇ ਆਉਣ ਦਾ ਟਾਈਮ ਹੋ ਗਿਆ ਹੈ ਚਲ ਆ ਜਾ ਰਸੋਈ 'ਚ ਕੰਮ ਕਰ ਲਈਏ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਰਸੋਈ 'ਚ ਹੀ ਹਾਂ ਸਬਜ਼ੀ ਬਣਾ ਕੇ ਤੇ ਆਟਾ ਗੁੰਦੀ ਪਈ ਹਾਂ ਪਾਪਾ ਦੇ ਆਉਂਦੇ ਹੀ ਮੈਂ ਫੁਲਕੇ ਲਾ ਦਾਂਗੀ ਚੰਗਾ ਪੁੱਤਰ ਓਏ ਵੀਰੀ ਮਗਾ ਦੱਸ ਮੇਰੀ ਦੇਖ ਹੁਣ ਸਾਡੇ ਬਾਬਾ ਜੀ ਹੋ ਗਏ ਬਹੁਤ ਮਸ਼ਹੂਰ ਹਾਂ ਉਹ ਤਾਂ ਠੀਕ ਹੈ ਤੇਰੀ ਗੱਲ ਫੇਮਸ ਹਾਂ ਵੀਆਈਪੀ ਪਰਸੈਂਟ ਠੀਕ ਹੈ ਇਸ ਕਰਕੇ ਕਿਸੇ ਵੀ ਬੰਦੇ ਨੂੰ ਬਾਬਾ ਜੀ ਨਾਲ ਸਿੱਧੇ ਤਰੀਕੇ ਨਾਲ ਨਹੀਂ ਮਿਲਾ ਦੇਣਾ ਬਈ ਹਾਂ ਮੈਂ ਤੇਰੀ ਗੱਲ ਸਮਝ ਗਿਆ ਬਈ ਜਿਹੜਾ ਬੰਦਾ ਆਵੇ ਉਹਨੂੰ ਪੁੱਠੇ ਤਰੀਕੇ ਨਾਲ ਮਿਲਾਉਣਾ ਓਏ ਮੂਰਖਾ ਮੇਰਾ ਕਹਿਣ ਦਾ ਮਤਲਬ ਹੈ ਮਿਲਾਉਣ ਤੋਂ ਪਹਿਲਾਂ ਉਹਨੂੰ ਪੁੱਛਣਾ ਓਏ ਮੈਂ ਕਿਹਾ ਕੀ ਪੁੱਛਣਾ ਪਤਾ ਤਾਂ ਲੱਗੇ ਲੈ ਵੀ ਕਿੱਥੋਂ ਆਇਓ ਅੱਛਾ ਕੀ ਕੰਮ ਹੈ ਠੀਕ ਹੈ ਕਿਉਂ ਮਿਲਣਾ ਹਾਂ ਠੀਕ ਹੈ ਬਾਬਾ ਜੀ ਨੂੰ ਮਿਲਣ ਦੀ ਅਪਾਰਟਮੈਂਟ ਲਈ ਕਿ ਨਾ ਲਈ ਆਹ ਗੱਲ ਸਹੀ ਹੈ ਉਦੋਂ ਬਾਅਦ ਬਾਬਾ ਜੀ ਦੀਆਂ ਕਰਨੀਆਂ ਵੱਡੀਆਂ ਵੱਡੀਆਂ ਤਾਰੀਫਾਂ ਠੀਕ ਹੈ ਕਿ ਸਾਡੇ ਬਾਬਾ ਜੀ ਆਹ ਹੈ ਸਾਡੇ ਬਾਬਾ ਜੀ ਉਹ ਹੈ ਉਦੋਂ ਬਾਅਦ ਜਾ ਕੇ ਬਾਬਾ ਜੀ ਨਾਲ ਮਿਲਾਣਾ ਉਹ ਵੀ ਬਾਬਾ ਜੀ ਨੂੰ ਪੁੱਛ ਕੇ ਬਸ ਠੀਕ ਹੈ ਹੁਣ ਮੈਂ ਤੇਰੀ ਗੱਲ ਸਮਝ ਗਿਆ ਸ਼ੁਕਰ ਆ ਤੇਰੇ ਡੰਗਰ ਦਿਮਾਗ 'ਚ ਕੁਛ ਤੇ ਪਿਆ ਓਏ ਹੋਏ ਓਏ ਮੈਂ ਕਿਹਾ ਭਮੀਰੀ ਉਹ ਵੇਖ ਕੌਣ ਤੁਰਿਆ ਆਉਂਦਾ ਹੈ ਜਨਾਨੀ ਆਉਂਦੇ ਡੇਰੇ ਵੱਲ ਮੈਨੂੰ ਨਮੂਨਾ ਪੇਸ਼ ਕਰਕੇ ਦਿਖਾ ਕਿੱਦਾਂ ਕਰੇਗਾ ਬਾਬਾ ਜੀ ਦਾ ਪ੍ਰਚਾਰ ਚੰਗ ਪਰ ਬੋਲਾਂ ਕਿਵੇਂ ਵੇਖਦੇ ਆ ਬੋਲ ਕੇ ਆ ਉਹੀ ਬੀਬੀ ਆਉਂਦੀ ਹੈ ਹੁਣ ਬੋਲਦੇ ਆ ਇੱਥੇ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਅੱਜ ਨਹੀਂ ਤਾਂ ਕੱਲ ਹੁੰਦਾ ਹੈ ਮਗਾ ਦਿਲੋਂ ਕਹਿ ਜਿੰਨਾ ਬਾਬੇ ਦੀ ਜੈ ਕਹਿ ਬੀਬਾ ਕਹਿ ਜਿੰਨਾ ਬਾਬੇ ਦੀ ਜੈ ਜਿੰਨਾ ਬਾਬੇ ਦੀ ਜੈ ਮੈਂ ਇੱਥੇ ਤੇਰੇ ਬਾਬੇ ਦੀ ਮਹਿਮਾ ਸੁਣਨੀ ਆਈ ਲੜਨ ਆਈ ਆ ਕਿੱਥੇ ਹੈ ਤੇਰਾ ਜਿੰਨਾ ਬਾਬਾ ਬਾਬਾ ਜੀ ਧਰਾ ਥੱਲੇ ਸਮਾਧੀ ਲਈ ਬੈਠੇ ਆ ਉਠਾ ਨੂੰ ਨਹੀਂ ਤੇ ਮੈਂ ਤੇਰੀਆਂ ਲੱਤਾਂ ਭੰਨਣੀਆਂ ਮਾਂ ਬੀਬਾ ਜੀ ਇਹ ਕਸ਼ਟ ਵੀ ਤੁਹਾਨੂੰ ਹੀ ਕਰਨਾ ਪਊਗਾ ਤੁਸੀਂ ਆਪ ਹੀ ਉਠਾ ਲਓ ਜਾ ਕੇ ਓਏ ਮਖਿਆ ਭਮੀਰੀ ਕੀ ਹੋਇਆ ਬੀਬੀ ਦਾ ਬੜੇ ਗੁੱਸੇ ਚ ਲੱਗਦੀ ਹੈ ਅੱਛਾ ਓਏ ਮਖਿਆ ਭਮੀਰੀ ਆਇਆ ਆਇਆ ਹਾਏ ਮਰ ਗਿਆ ਇਹ ਜਨਾਨੀ ਜਦੋਂ ਵੀ ਆਉਂਦੀ ਹੈ ਗੁੱਸੇ ਚ ਆਉਂਦੀ ਹੈ ਥੱਪੜ ਪਿਆ ਹਾਂ ਜ਼ੋਰ ਦੀ ਪਿਆ ਹਾਂ ਮਖਿਆ ਪ੍ਰਸਾਦ ਮਿਲਿਆ ਮੈਨੂੰ ਲੱਗਦਾ ਅੱਜ ਜਿੰਨਾ ਬਾਬੇ ਦੀ ਵੀ ਖੈਰ ਹੈ ਤੁਸੀਂ ਤੇ ਕਹਿਣ ਡੇ ਹੀ ਤੁਸੀਂ ਉਹਨਾਂ ਦਾ ਕਾਰੋਬਾਰ ਠੱਪ ਕਰ ਦੋਗੇ ਮੈਂ ਉਹਨਾਂ ਦਾ ਕਾਰੋਬਾਰ ਠੱਪ ਕਰਨ ਲਈ ਕਿਹਾ ਸੀ ਤੇ ਮੈਂ ਉਸੇ ਦਿਨ ਕਰਤਾ ਸੀ ਸਵਾਹ ਕਰਤਾ ਸੀ ਜਦੋਂ ਮੇਰੇ ਘਰ ਵਾਲੇ ਨੇ ਮੈਨੂੰ ਦੱਸਿਆ ਕਿ ਕੱਲ ਉਹ ਗੁਰਮੁਖ ਸਿੰਘਣਾ ਦੇ ਆਫਿਸ ਗਏ ਸੀ ਤੇ ਉਹ ਮੈਨੂੰ ਬੜਾ ਹੀ ਖੁਸ਼ ਹੋ ਕੇ ਕਹਿਣ ਡੇ ਸੀ ਕਿ ਉਹਨਾਂ ਦਾ ਕਾਰੋਬਾਰ ਤੇ ਬਹੁਤ ਵਧੀਆ ਚੱਲਣ ਡਿਆ ਨਾਲੇ ਜਦੋਂ ਮੈਂ ਇਹ ਵੀ ਗੱਲ ਸੁਣੀ ਕਿ ਉਹ ਤੇ ਅਨਾਥ ਆਸ਼ਰਮ ਨੂੰ ਲੱਖ ਰੁਪਈਆ ਦਾਨ ਦੇਣ ਡੇ ਨੇ ਇਹ ਗੱਲ ਸੁਣ ਕੇ ਮੇਰੀ ਉਦੋਂ ਹੀ ਆਤਮਾ ਕਲਪ ਗਈ ਮੈਨੂੰ ਮੇਰੇ ਇਲਮ ਤੇ ਮੰਤਰਾਂ ਤੇ ਪੂਰਾ ਭਰੋਸਾ ਹੈ ਇਹ ਕਿਵੇਂ ਹੋ ਸਕਦਾ ਹੈ ਪਰ ਤੂੰ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਹੁਣ ਮੈਂ ਇਹੋ ਜਿਹਾ ਇਲਮ ਛੱਡਾਂਗਾ ਇਹੋ ਜਿਹਾ ਇਲਮ ਛੱਡਾਂਗਾ ਕਿ ਉਹਦੇ ਨਾਲ ਉਹਨਾਂ ਦਾ ਸਾਰਾ ਟੱਬਰ ਭੁੱਖਾ ਮਰੇਗਾ ਭੁੱਖਾ ਜੋ ਕਰਨਾ ਨਾ ਛੇਤੀ ਕਰੋ ਮੈਨੂੰ ਤੇ ਬਸ ਉਹਨਾਂ ਦਾ ਟੱਬਰ ਸਾਡੇ ਟੱਬਰ ਤੋਂ ਥੱਲੇ ਚਾਹੀਦਾ ਏ ਯੰਤਰੂ ਮੰਤਰੂ ਕਲਾ ਕਲੰਤਰੂ ਉਹਨਾਂ ਦੇ ਘਰ ਦਾ ਸਾਰਾ ਰਾਸ਼ਨ ਪਾਣੀ ਉਹ ਜਾਏ ਉਡੰਤਰੂ ਲੋ ਜੀ ਇਹ ਮਿਠਾਈ ਦਾ ਡੱਬਾ ਤੇ ਕਾਰਡ ਮੈਂ ਬਾਕੀ ਕਾਰਡ ਤੁਹਾਡੀ ਗੱਡੀ ਵਿੱਚ ਰਖਾ ਦਿੱਤੇ ਜੀ ਤੇ ਪਹਿਲਾ ਕਾਰਡ ਸ਼੍ਰੀ ਗੁਰਦੁਆਰਾ ਸਾਹਿਬ ਦੇਣ ਤੋਂ ਬਾਅਦ ਤੁਸੀਂ ਸਿੱਧਾ ਹੀ ਮੰਗਤ ਜੀ ਉਹਨਾਂ ਦੇ ਘਰ ਦੇਣਾ ਜੀ ਤੇ ਨਾਲੇ ਭੈਣ ਜੀ ਨੂੰ ਮੈਂ ਆਪੇ ਫੋਨ ਕਰਕੇ ਦੱਸ ਵੀ ਦਿੰਦੀ ਠੀਕ ਹੈ ਇਹ ਤਾਂ ਕੰਮ ਹੋ ਗਿਆ ਹਾਂਜੀ ਹੋਰ ਦੱਸੋ ਲੋ ਪਾਪਾ ਜੀ ਇਹ ਕੀ ਪੁੱਤ
जो तुसी मैनूं कार्डां दे नां दित्ते सी ना लिस्ट उह सारे मैं लिख दित्ते ने। शाबाश पुत, मैं काम तैनूं बाद च कहना, तूं पहलां पूरा कर देने। अच्छा मेरी धी, आएं कर इहनूं गड्डी च रख के। ते सुनो, सारिआं नूं आउण लई जरूर कहना। ठीक है, ओके। ते ਉਹ ਮੰਗਤ ਰਾਮ ਜੀ ਹੈ ਨਾ, ਉਹਨਾਂ ਦੀ ਬੇਟੀ ਬਾਹਰੋਂ ਆਈ, ਉਹ ਵੀ ਆਈ ਹੈ, ਤੇ ਉਹਨੂੰ ਵੀ ਆਉਣ ਲਈ ਜ਼ਰੂਰ ਕਹਿਣਾ। ਹਾਂ ਹਾਂ ਬਿਲਕੁਲ, ਕਿਉਂ ਨਹੀਂ। ਠੀਕ ਹੈ ਜੀ। ਉਹ ਤੇ ਹੁਣ ਕੀ ਹੈ? ਤੇ ਕੁਝ ਨਹੀਂ, ਮੈਨੂੰ ਅਜੇ ਬਹੁਤ ਕੰਮ ਹੈ ਜੀ। ਤੁਸੀਂ ਜਾਓ ਹੁਣ, ਜਲਦੀ ਜਲਦੀ ਜਾਓ। ਉਹ ਫਿਕਰ ਨਾ ਕਰ, ਸਭ ਹੋ ਜਾਣਗੇ। ਸਤਨਾਮ ਸ਼੍ਰੀ ਵਾਹਿਗੁਰੂ, ਸਰਬੱਤ ਦਾ ਭਲਾ ਕਰੀ ਦਾਤਿਆ। ਮੈਂ ਕਿਹਾ ਮੰਗਤ ਰਾਮ ਜੀ ਘਰੇ ਹੋ? ਆਜੋ, ਲੰਘਿਓ। ਮੰਗਤ ਰਾਮ ਵੀ ਘਰੇ ਹੈ ਤੇ ਨੰਦ ਰਾਮ ਵੀ ਘਰੇ ਹੈ। ਵਾਹ ਜੀ ਵਾਹ, ਕੀ ਬਾਤ ਹੈ, ਸਾਰੇ ਇਕੱਠੇ ਮਿਲ ਗਏ। ਹੋਰ ਸੁਣਾਓ ਬੜੇ ਭਾਈ, ਠੀਕ ਹੋ? ਬੱਲੇ 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 ਬੱਲੇ, ਸ਼ੁਕਰ ਸ਼ੁਕਰ ਸ਼ੁਕਰ। ਕੀ ਹਾਲ ਹੈ ਵੀਰੇ? ਬਹੁਤ ਚੰਗੇ, ਬਹੁਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਧੀ ਰਾਣੀ ਕਦੋਂ ਆਈ ਬਈ? ਥੋੜੇ ਹੀ ਦਿਨ ਹੋਏ ਨੇ। ਅੱਛਾ ਅੱਛਾ, ਪ੍ਰਾਣਾ ਸਾਹਿਬ ਵੀ ਆਏ ਨੇ? ਉਹ ਨੈਕਸਟ ਮੰਥ ਆ ਰਹੇ ਨੇ। ਅੱਛਾ ਅੱਛਾ। ਅੱਜ ਵੀਰ ਤੇ ਕਿਵੇਂ ਦਰਸ਼ਨ ਹੋਏ? 12 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪੁਰਬ ਹੈ। ਵਾਹਿਗੁਰੂ ਵਾਹਿਗੁਰੂ। ਬਸ ਉਸ ਸੰਬੰਧ ਚ ਘਰੇ ਅਖੰਡ ਪਾਠ ਸਾਹਿਬ ਕਰਾਉਣਾ, ਉਹਦਾ ਸੱਦਾ ਪੱਤਰ ਲੈ ਕੇ ਆਇਆ। ਲਿਆ ਭਾਈ, ਲਓ ਬੜੇ ਭਾਈ। ਵਾਹਿਗੁਰੂ। ਲੈ ਭਾਈ। ਵਾਹਿਗੁਰੂ ਵਾਹਿਗੁਰੂ। ਪਾਗਾਲਾ ਵੀਰੇ, ਪਾਗਾਲਾ। ਗੁਰਦੁਆਰਾ ਸਾਹਿਬ ਕਾਰਡ ਦੇਣ ਤੋਂ ਬਾਅਦ ਦਫ਼ਤਰ ਚਲਾ ਗਿਆ ਸੀ ਤੇ ਹੁਣ ਸ਼ਾਮੀ ਦੂਜਾ ਕਾਰਡ ਸਿੱਧਾ ਤੁਹਾਡੇ ਕੋਲ ਲੈ ਕੇ ਆਇਆ। ਕਾਰਡ ਨਾ ਵੀ ਹੁੰਦਾ ਤਾਂ ਵੀ ਮੈਂ ਤਾਂ ਆ ਜਾਣਾ ਸੀ। ਤੁਸੀਂ ਇਕੱਲਿਆਂ ਨੇ ਨੀ, ਸਾਰੇ ਪਰਿਵਾਰ ਨੇ ਆਉਣਾ। ਇਹ ਵੀ ਕੋਈ ਕਹਿਣ ਵਾਲੀ ਗੱਲ ਹੈ ਭਰਾ ਜੀ? ਆਇਆ ਸੀ ਭੈਣ ਜੀ ਦਾ, ਅਸੀਂ ਸਾਰਾ ਪਰਿਵਾਰ ਜ਼ਰੂਰ ਆਵਾਂਗੇ। ਬਹੁਤ ਮਿਹਰਬਾਨੀ। ਓ ਹਾਂ, ਨਹੀਂ ਚਾਹ ਨਹੀਂ ਪੀਣੀ ਬਾਈ, ਤੁਹਾਨੂੰ ਦੱਸਿਆ ਨਾ ਕਿ ਦੂਜਾ ਕਾਰਡ ਤੁਹਾਡੇ ਕੋਲ ਆਇਆ, ਬਹੁਤ ਸਾਰੇ ਕਾਰਡ ਬਣਨ ਵਾਲੇ ਪਏ ਨੇ, ਕੰਮ ਬਹੁਤ ਨੇ, ਚਾਹ ਫਿਰ ਪੀਵਾਂਗੇ। ਬਸ ਛੁੱਟੀ ਦਿਓ। ਚੰਗਾ ਜੀ, ਚੰਗਾ। ਬਸ ਬੈਠੋ ਬੈਠੋ ਬੈਠੋ। ਚੰਗਾ ਜੀ, ਮਿਹਰਬਾਨੀ। ਚੰਗਾ ਜੀ। ਸੁਖ ਤੇਰਾ ਦਿੱਤਾ ਲਹੀ ਐ, ਸੁਖ ਤੇਰਾ ਦਿੱਤਾ ਲਹੀ ਐ, ਸੁਖ ਤੇਰਾ ਦਿੱਤਾ ਲਹੀ ਐ, ਸੁਖ ਤੇਰਾ ਦਿੱਤਾ ਲਹੀ ਐ। ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀ ਐ, ਸੁਖ ਤੇਰਾ ਦਿੱਤਾ ਲਹੀ ਐ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਆਪੇ ਕਰਣੇ ਹਾਰ, ਚਰਨ ਧੂੜ ਤੇਰੀ ਸੇਵਕ ਮਾਂਗੈ, ਤੇਰੇ ਦਰਸ਼ਨ ਕੋ ਬਲਿਹਾਰ, ਮੇਰੇ ਰਾਮ ਰਾਏ ਜੋ ਰਾਖੇ ਤਿਉਂ ਰਹੀ ਐ, ਸੁਖ ਤੇਰਾ ਦਿੱਤਾ ਲਹੀ ਐ, ਸੁਖ ਤੇਰਾ ਦਿੱਤਾ ਲਹੀ ਐ। ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਤੋਏ ਤੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਰਾਮ ਰਾਏ ਜੋ ਰਾਖੇ ਤਿਉਂ ਰਹੀ ਐ, ਸੁਖ ਤੇਰਾ ਦਿੱਤਾ ਲਹੀ ਐ, ਸੁਖ ਤੇਰਾ ਦਿੱਤਾ ਲਹੀ ਐ।
मुक्त भुगत जुगत तेरी सेवा जिस तू आप कराए तहां बैकुंठ जहे कीर्तन तेरा तू आपे शरदा लाए मेरे राम राए जो राखे त्यों रही है सुख तेरा दिता लही है सुख तेरा दिता लही है ये सच्चे पाशा जिस तरह आप जी ने साडे परिवार ते मेहर भरी निगाह रख के अपने चरणों नाल जोड़िया इसे तरह सारे संसार ते मेहर भरी निगाह रखी कुर्बान जाई उस वेला सुहावी जित तुमरे द्वारे आया नानक को प्रभ पे कृपाला सतगुर पूरा पाया मेरे राम राए जो राखे त्यों रही है सुख तेरा दिता लही है सुख तेरा दिता लही है तुद भावे ता नाम जपावे सुख तेरा दिता लही है 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 किता भागवाने बड़ी आफरी जी बैठी है ज्यादा खा लिया लगता है खासी औखी है औखी होवा ना तुसी वेख्या नी गुरमुख सिंघणा दे घर किवें चहल पहल हो रही सी चहल पहल तो होएगी बाबे नानक पाशाह साहब दा पाठ भी कराया ते लंगर भी लाया तुसी वेख्या नी जदो सारे उन्हां नू मिलके जान डे सी असी भी कोल ही खड़े सी किसी ने साडे वल वेख्या मेरी गल ध्यान नाल सुनो पहला लोकी सारे पिंड दे ताडे कोलों पुछ के चलदे हुंदे सी क्योंकि साडे कोल पिंड वालियां तों ज्यादा चीजां हुंदियां सी नाले पैसा भी ते इज्जत भी सारे पिंड दे लोक अज मैनूं चुक चुक के भाई जी कह के मिले ने बहुत इज्जत है बाकी रही गल पैसे दी पैसा भी अपने कोले बहुत है एक धी है अमरीका च सैट है जवाई का चोखा काम है हाँ तू आ वाल जे रंगने छड़ देंगी ना लोग तेनू बेबे कहने लग जाएंगे ओह मैं तुहाडी गल समझदी हाँ पर साडे नालों किते ज्यादा पैसा गुरमुख सिंघणा कोल होण करके सानू कोई पुछदा नहीं मेरी गल सुनो साडी हुण ना पिंड दे आम लोकां वर्गी हालत हो गई आ तुसी मेरी गल समझ रहे हो ना गल तां तेरी हर एक समझ आउंदी है तेरा भुलेख है गुरमुख सिंह होणा ने मेहनत कीती है पापे नानक ने भाग लाए ने पर अपने कोले अज भी पैसे उन्ने ने जिन्ने च तू कदे बहुत खुश हुंदी सी मैनू नहीं पता कुछ भी करो या तो अपने आप कारोबार वधा लो या फिर उन्हां दा किद्दां ठप करना है वह तुहानू मैं दस्सदी की कारोबार ठप करना क्यों वह तो मैं उहदा कराना ही कराना पर कातों क्यों मेरी गल सुनो मेरी एक सहेली है पूजा उन्हें मैनू एक बाबे बारे दस्सिया
खराब हो गया तेरा, कुछ नहीं पिया इना कमा च। तुसी मेरी गल एक बार मन के तो वेखो, फिर वेखियो अपनी पिंड च ओदा ही इज्जत हो जिदा पहला हुंदी सी। पागल हो गई, इन्ना टाइम खराब किया। ओए मगया पमीरी, ओए पमीरी। ओ की गल है वीरी? ओए मगया ओदन वाली जनानी ए फिर आ रही है। ओ केड़ी जनानी? ओए थप्पड़ वाली। थप्पड़? हैं, ओ मर गए भरावा, अज फिर आ गई। अज ते किसी पहलवान नु भी नाल लेके आ रही है, बड़े गुस्से च लगदे है। मैनू आए लगदा अज अपने फिर जूत पहनगे। ते टेंशन कर ली लेना, अपने कड़ा पहली वारी छेत्र पहने। शेर बनिया कर शेर, प्रसाद हुंदा है। ठीक है तेरी गल, अज तू बन शेर, ए प्रसाद हुंदा है। मैं बहुत बारी छाक लिया, अज तू छाक के वेख। हां चल। मैं बहुत करनी वाले ने। मगया पमीरी दिया पुत्रा, फोन तो इथे भूल गया, छत्राणा गल्लां करी जांदा, छत्री खाएगा। वैसे भी इस दरबार दे विचों कोई खाली हाथ नहीं जे मुड़दा। बस इसे तरह बाबा जी ते भरोसा बना के रखो, बाबा जी रंग दिंदे ने, जेड़ा चूचा करदा उनू टंग भी दिंदे ने। की हो रहा? अबे बस सवेर दे वधाइयां दे फोन ते फोन आई जा रहे ने, किसे दी लाटरी लग गई, किसे दा कनेडा दा वीजा लग गया, एक दे घर जाड़े मुंडे जमे। की आ रहा? फोन ते फोन आ रहे ने जी, चमत्कार चमत्कार हो गया जिन्ना बाबा, तो चमत्कार देखो, जुत्तियां चो ही आ जा रही है। जुत्तियां चो आया आवाज नहीं आती। आयो हाय हाय, मर गया बाबा जी। किथे? ओ समाधि ते बैठे जी। बाबा जी इधर उधर हो जाओ, नहीं तो इन्होंने तुम्हारा जंतरू मंत्रू खड़का देना जे। आओ बीबा, देखो ना बीबा। ए बाबा जी मेरे पति ने। बहुत बढ़िया। किवें आना होया? की दसां बाबा जी, तुहाडे को तीन गेड़े मार ले आ, तुसी जेड़े जेड़े मैनू उपाय दसे सी सारे मैं कर ले आ, पर उन्हां दा कोई फायदा ही नहीं है। पौगा, ए जिन्ना बाबा दी जुबान है फर्क जरूर पौगा। फर्क सवा पैना है, उन्हां दा कारोबार ते अग्गे नालों तरक्की भी कर गया। पर हुण कारोबार च फर्क पएगा। चंगा होया तुसी इत्थे जो इन्हां नूं भी लेके आ गए हो, इन्हां दे हथों ही ओह काम पूरा हो सकदा है जो काम मैं हुण करांगा। कुछ कम एहो जे हुंदे ने जो सिर्फ आदमी पूरा कर सकदा है, औरत बिल्कुल नहीं पूरा कर सकदी। हुण मैं ऐसा मंत्र मारांगा, फिर ना कहना कि उन्हां दा करदा कोई जी मर गया। मार दो बाबा जी, ओ कड़े साडे सके लगदे ने। फिर ठीक है। ए यंत्रू मंत्रू कला कलंत्रू, यंत्रू मंत्रू कला कलंत्रू, उन्हां दे करदा एक जी हो जाए उड़ंत्रू। हाथ कर भगता, आ ले जा, ले जा ले जा, ते जाके अपने सिर तो वार के रात नूं उन्हां दे दरवाजे अगे सुट दे। फिर देखियो ਉਹਨਾਂ ਦੇ ਘਰ ਵਿੱਚ ਵੈਣ ਪੈਣਗੇ ਤੇ ਦੁਨੀਆ ਦੇਖੇਗੀ। ਜਾਓ ਪਰ ਇੱਕ ਗੱਲ ਯਾਦ ਰੱਖੀ, ਪਿੱਛੇ ਮੁੜ ਕੇ ਨਾ ਦੇਖੀ, ਨਹੀਂ ਤਾਂ ਕੁਝ ਵੀ ਹੋ ਸਕਦਾ ਹੈ। ਜਾਓ चले जाओ। हरप्रीत, ये की बना रही है? तुसी आप ही देख के दसो कि ये की बना रही हैं। ये ता किसे बच्चे दे पैर दी जुराबे? नहीं जी, ए किसी बच्चे दे पैर दी जुराब नहीं, ए अपने ही बच्चे दे पैर दी जुराब है जी। खाम खा इन्नी मेहनत क्यों कर रही हैं?
ਬਣੀ ਬਣਾਈ ਲਿਆਣੀ ਸੀ। ਜੋ ਮਾਂ ਆਪ ਬਣਾ ਕੇ ਆਪਣੇ ਬੱਚੇ ਨੂੰ ਪਾਏਗੀ ਉਹ ਮੋਹ ਤੇ ਮਮਤਾ ਬਣੀ ਬਣਾਈ ਚੋਂ ਥੋੜਾ ਨਾ ਆਣੀ ਸੀ। ਚੰਗਾ ਜੀ ਤੁਸੀਂ ਅੰਦਰ ਬੈਠੋ, ਹੁਣ ਮੁੰਡਾ ਹੋਣ ਦੀ ਖੁਸ਼ੀ ਚ ਤੁਹਾਡੇ ਵੱਲੋਂ ਪਾਰਟੀ ਪੱਕੀ ਹੈ ਜੀ। ਸਤਕੇ ਜੀ, ਪਾਰਟੀ ਦੀ ਕੀ ਗੱਲ ਕਰਦੇ ਹੋ, ਜਦੋਂ ਕਹੋਗੇ ਪਾਰਟੀ ਦੇ ਦਾਂਗੇ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲਓ ਜੀ ਮੰਗਤ ਰਾਮ ਵੀ ਆ ਗਏ। ਆ ਜਾਓ ਬਾਈ ਜੀ, ਆ ਜਾਓ ਆ ਜਾਓ ਬਾਈ। ਬਾਹਰ ਐਂਬੂਲੈਂਸ ਡਾਕਟਰ ਸੁਖਤਾ ਹੈ? ਸੁਖ ਹੈ, ਆਪਣੇ ਘਰ ਖੁਸ਼ੀ ਆਈ ਹੈ। ਮੈਂ ਦੂਜੀ ਵਾਰ ਦਾਦਾ ਬਣਿਆ, ਉਹ ਪੋਤਾ ਹੋਇਆ ਘਰੇ ਹੀ ਯਾਰ। ਲਿਆਓ ਲੱਡੂ ਮੁੰਡਿਆ, ਮੂੰਹ ਮਿੱਠਾ ਕਰਾ ਬਾਈ ਦਾ। ਲੈ ਲੈ ਸਾਰਾ ਯਾਰ, ਆ ਜਾਓ ਅੰਦਰ ਚੱਲੀਏ। ਲੈ ਵੀ ਭਾਗਵਾਨ, ਤੈਨੂੰ ਲੱਡੂ ਖਵਾਈਏ। ਇਹ ਕਾਹਦੇ ਆ? ਖਾ ਤਾਂ ਸਹੀ, ਦੱਸਦਾ। ਦੱਸਦੇ ਦਿਓ ਕਾਹਦੇ ਆ? ਪੋਤਾ ਹੋਇਆ ਗੁਰਮੁਖ ਸਿੰਘ ਦੇ। ਜਾਨੀ ਆ ਮੈਂ ਕੱਲ ਨੂੰ ਜਿੰਨਾ ਬਾਬਾ ਦੇ ਜਾ ਕੇ ਫੇਰਦੀ ਉਹਦੇ ਘੋਟਣਾ। ਤੈਨੂੰ ਪਹਿਲਾਂ ਵੀ ਰੋਕਿਆ ਸੀ, ਨਾ ਇਹਨਾਂ ਪਖੰਡੀਆਂ ਦੇ ਪਿੱਛੇ ਫਿਰ, ਪਰ ਤੁਹਾਡੀ ਨਹੀਂ। ਕਿੰਨੀ ਵਾਰੀ ਕਿਹਾ ਸੀ ਤੈਨੂੰ, ਇੱਕ ਨਹੀਂ ਮੰਨੇ, ਇੱਕ ਨਹੀਂ ਮੰਨੇ। ਹੁਣ ਜਿੰਨਾ ਬਾਬਾ ਦੇ ਸਵੇਰੇ ਤੂੰ ਨਹੀਂ, ਮੈਂ ਜਾਊਂਗਾ। ਆ ਭਗਤਾ, ਹੋ ਗਿਆ ਨਾ ਫਿਰ ਮਨੋਕਾਮਨਾ ਪੂਰੀਆਂ। ਪਖੰਡ ਕਿਤੇ ਤਾਂ ਜਾ ਕੇ ਛੱਡ ਦੋ, ਤੇਰੇ ਵਰਗੇ ਪਖੰਡੀਆਂ ਨੇ ਸਾਰਾ ਪੰਜਾਬ ਲੁੱਟਿਆ ਪਿਆ। ਓਏ ਬਖਸ਼ ਦਿਓ ਮੇਰੇ ਪੰਜਾਬ ਨੂੰ, ਪੰਜਾਬ ਨੂੰ ਹੋਰ ਬਹੁਤ ਬਲਾਵਾਂ ਚਿੰਬੜੀਆਂ ਹੋਈਆਂ ਨੇ। ਪੋਤਾ ਹੋਇਆ ਗੁਰਮੁਖ ਸਿੰਘ ਦੇ, ਇਹਦਾ ਮਤਲਬ ਤੇਰੀ ਮਨੋਕਾਮਨਾ ਪੂਰੀ ਨਹੀਂ ਹੋਈ, ਮੈਨੂੰ ਆਪ ਉੱਥੇ ਜਾਣਾ ਪਏਗਾ। ਤੂੰ ਚਾਹੇਗਾ ਨਹੀਂ, ਤੈਨੂੰ ਮੈਂ ਲੈ ਕੇ ਜਾਊਂ। ਚੱਲ ਲੱਗਦਾ ਇੱਥੇ ਕੋਈ ਤਾਂ ਚੀਜ਼ ਜ਼ਰੂਰ ਹੈ ਜਿਹਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ। ਇੱਥੇ ਬਹੁਤ ਵੱਡੇ ਕਿਸੇ ਇਲਮ ਦਾ ਪੈਰ ਹੈ, ਜਿੰਨਾ ਬਚਾ ਆਪਣੇ ਆਪ ਨੂੰ
मेरे गुरु ने सही कहा सी कि अपनी शक्तियां दा गलत इस्तेमाल ना करी। कौन रहिंदा इस घर विच? कौन है भाई? मंगत भाई, हाँ की होया? महात्मा जी, मंगत भाई की होया? ओ महात्मा जी, पखंडी पखंड करता है। की गल होगी महात्मा जी? अंदर आओ, पानी तानी पियो, सर ते लगी, डॉक्टर बुला लेने हैं। ना, कोई पानी ले आओ भाई। ना गुरमुख सिंह जी, ना मेरे वर्गा बंदा तां तुहाडे घर दे कदे इत्थों कोल दी नहीं लंघ सकता, क्योंकि क्योंकि इत्थे यंत्र मंत्र तंत्र ते बहुत वड्डे पाक इलम दा पैर है। गुरमुख सिंह जी, तुसीं किहड़ा मंत्र पढ़दे हो जिन्हें जिन्हें मेरे वर्गे बंदे नूं तुहाडी दलीज ते पैर तक रख नहीं दिता? दस दिया महात्मा जी, सही किया तुसीं, बिल्कुल सही किया। इस घर विच बहुत पाक इलम दा पैर है। असी तड़के उठदी सार इस घर दे सारे जी उस मंत्र नूं पढ़दे हां। इस घर दा जदों बच्चा 2 साल दा हो जांदा ना, तां सब तों पहला असी उहनूं उही मंत्र सिखाउंदे हां। उस मंत्र नूं कहिंदे ने मूल मंत्र। मूल मंत्र इह की हुंदा है? बाबा जी, पहला तुसी पानी पियो, फिर मैं तुहानूं दसदी हां मूल मंत्र इह किवें पढ़दे ने। सुनो बाबा जी, इक ओंकार सतनाम करता पुरख निर्भव निर्वैर अकाल मूरत अजूनी से भंग गुर प्रसाद। शाबाश मेरी तीरानी, ये मेरी पोती है जी। गुरमुख सिंह जी, एदा एदा की मतलब है? वो भी दस दें महात्मा जी। एक ओंकार, वो निरंकार एक है, ते उदे वर्गा पूरे ब्रह्मांड छोड़ कोई नहीं। सतनाम, उसका नाम सच्चा है ते हमेशा रहेगा। करता पुरख, सारा कुछ ही करन वाला, सब कुछ करके उसे विच रच मिच गया। निरभव, ओनू किसी का कोई डर पै। निर्वैर, उसका किसी नाल कोई वैर विरोध नहीं। अकाल मूरत, जिसका सब रूप काल तो पूरी है, उस ते ना जवानी ना बचपन ना बुढ़ापा कोई नहीं आता। अजूनी, वो ना ही किसी जून चाहता है, वो ना ही पैदा होता है ते ना ही कदी मरता। सैभंग, जिसका प्रकाश अपने आप चो है, ना ही उसनू किसी ने पैदा किया ते ना ही उसनू किसी ने बनाया। गुर प्रसाद, सतगुरु की कृपा नाल ही मिलता, ता ही इंसान ही सोझी हो। पहली पातशाही गुरु नानक देव जी का उच्चारण किया होया है मूल मंत्र, यही सारी सृष्टि का मूल निचोड़ है। महात्मा जी, जिहड़ा भी इंसान इस मूल मंत्र का जाप करता है ना, वह तो दुनिया की किसी भी गैबी शक्ति तंत्र मंत्र जादू टूने का कोई असर नहीं। सच कहा गुरमुख सिंह जी, तुसी इस मूल मंत्र तो वड्डा होर कोई मंत्र नहीं। मैं तुहाडा नुकसान करन वास्ते हजारां मंत्र पढ़े, पर तुहाडे ते कोई भी किसी भी मंत्र का असर नहीं होया, सारे व्यर्थ गए। मैं तुहाडा ते उस पाक पवित्र परवरदिगार दा बहुत वड्डा गुनहगार हां। मैनू माफ कर दिओ मंगत राव जी, मैनू माफ कर दिओ। मैं किसी नूं माफ करन वाला कौन हुंदा महात्मा जी? इत्थे हर इंसान दा आपो अपना कर्म है ते उहदे अनुसार ही उहनूं सब कुछ भोगना पैंदा है। तुहानूं गुरमुख सिंह जी, तुसीं तुहानूं नहीं नहीं प्यारिओ, असीं तां नहीं, सब उस अकाल पुरख दी वड्याई है। इह सारी महिमा तां उस अकाल पुरख दे नां दी है। जी बच्चे। पापा, तुसी किथे हो? की होया? पापा मम्मी पौड़ी तो डिगे ने। हैं? ज्यादा सट ते नहीं लगी? पापा मम्मी दे खून निकल रहे। तुसी छेती छेती आ जाओ, मम्मी दी हालत बहुत ज्यादा खराब है। तुसी हुण किथे हो? असी मम्मी नु सारे सीधे हॉस्पिटल लेके जा रहे हां। आ ना, आ रहा मैं। मंगत भाई की होया? तेरी भाभी डिग पई है हॉस्पिटल। किथे है? हॉस्पिटल। आ फट पुत चलो।
ਤਾਂ ਸ਼ੁਕਰ ਲੈ ਰੰਗਦੇ ਗੇਂਦ ਤੁਹਾਡੇ ਕਹਿੰਦੇ ਸੱਟ ਦੇਂਦੀ ਫਿਰ ਤੁਹਾਨੂੰ ਸੱਟ ਨਹੀਂ ਲੱਗਣੀ ਸੀ ਹੈ ਨਾ ਨਾਨੀ ਜੀ ਨਾ ਬੇਟਾ ਇਹ ਸਭ ਮੇਰੇ ਮਾੜੇ ਕਰਮਾਂ ਦਾ ਨਤੀਜਾ ਮੈਂ ਹੀ ਚਿੰਨਾ ਬਾਬਾ ਕੋਲ ਬਸ ਭੈਣ ਜੀ ਬਸ ਮੈਂ ਸਭ ਸਮਝ ਗਿਆ ਤੁਸੀਂ ਐਂ ਨਾ ਕਹੋ ਨਹੀਂ ਗੁਰਬਖਸ਼ਿਆ ਮੈਂ ਇਹਨੂੰ ਕਿੰਨੀ ਵਾਰੀ ਸਮਝਾਇਆ ਸੀ ਬੰਦਾ ਜਿਹੜਾ ਕਿਸੇ ਵਾਸਤੇ ਟੋਏ ਪੁੱਟਦਾ ਪਹਿਲਾਂ ਉਹਦੇ 'ਚ ਆਪ ਡਿੱਗਦਾ ਔਰ ਤੂੰ ਮੇਰੀ ਇੱਕ ਨਹੀਂ ਮੰਨੀ ਮੰਗਤ ਬਾਈ ਕੀ ਗੱਲਾਂ ਕਰੀ ਜਾਂਦਾ ਉਹ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਥੋੜ੍ਹੀ ਕਹੀਦਾ ਸਗੋਂ ਗੱਲ ਨਾਲ ਲਾਈਦਾ ਹੁੰਦਾ ਜੇ ਹੱਥ ਦੀ ਕੁੰਗਲੀ 'ਤੇ ਸੱਟ ਲੱਗ ਜੇ ਉਹਦਾ ਇਲਾਜ ਕਰਾਈਦਾ ਉਹਨੂੰ ਵੱਢ ਕੇ ਨਹੀਂ ਸੁੱਟੀਦਾ ਹੁੰਦਾ ਮੈਂ ਕਿਹਾ ਭਾਅ ਜੀ ਬਸ ਭੈਣ ਜੀ ਬਹੁਤ ਗੱਲਾਂ ਹੋ ਗਈਆਂ ਹੁਣ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਘਰੇ ਆਓ ਮੇਰੇ ਪੋਤੇ ਦੀ ਲੋਹੜੀ ਦੀ ਤਿਆਰੀ ਤੁਸੀਂ ਤੇ ਬਾਈ ਜੀ ਨੇ ਰਲ ਕੇ ਕਰਨੀ ਹੈ ਠੀਕ ਹੈ ਬਾਈ ਹੱਕ ਪਰਾਇਆ ਕੋਣਾ ਛੱਡ ਦੇ ਚੁਸਤ ਚਲਾਕੀ ਮਨ ਚੋਂ ਕੱਢ ਦੇ ਹੱਕ ਪਰਾਇਆ ਕੋਣਾ ਛੱਡ ਦੇ ਚੁਸਤ ਚਲਾਕੀ ਮਨ ਚੋਂ ਕੱਢ ਦੇ ਸਭ ਕੁਝ ਰਹਿਣਾ ਇੱਥੇ ਬੰਦਿਆ ਨਾਲ ਨੀ ਜਾਣਾ ਤੇਲਾ ਤੂੰ ਨਾ ਕਰ ਮਨ ਮਤੀਆਂ ਤੂੰ ਨਾ ਕਰ ਮਨ ਮਤੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਸੁਖ ਕਿਸੇ ਦੇ ਦੇਖ ਕੇ ਛੱਡ ਦੇ ਅੰਦਰੋਂ ਅੰਦਰੀ ਸੜਨਾ ਦੁੱਖ ਕਿਸੇ ਨੂੰ ਦੇਣ ਤੋਂ ਪਹਿਲਾਂ ਘਰੇ ਉਹਨੇ ਤੇਰੇ ਵੜਨਾ ਸੱਚਾ ਤੇ ਬਸ ਪ੍ਰੇਮ ਪਿਆਰੇ ਬਾਕੀ ਸਭ ਚਮੇਲਾ ਤੂੰ ਨਾ ਕਰ ਮਨ ਮਤੀਆਂ ਤੂੰ ਨਾ ਕਰ ਮਨ ਮਤੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਤੂੰ ਨਾ ਕਰ ਮਨ ਮਤੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਸੁਰਗ ਦੀਆਂ ਗੱਲਾਂ ਸੋਚ ਕੇ ਜਾਵੇਂ ਬਣਤ ਬਣਾਈ ਨਰਕ ਸਵਰਗੇ ਇੱਥੇ ਬੰਦਿਆ ਇਹ ਹੋਏ ਇੱਕ ਸੱਚਾਈ ਪਾਣੀ ਦੇ ਲੜ ਲੱਗ ਜਾ ਬੰਦਿਆ ਲੱਭਣਾ ਝੂਠਾ ਚੇਲਾ ਤੂੰ ਨਾ ਕਰ ਮਨ ਮਤੀਆਂ ਤੂੰ ਨਾ ਕਰ ਮਨ ਮਤੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਤੂੰ ਨਾ ਕਰ ਮਨ ਮੰਦੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਪਾਪ ਕਮਾਉਣੇ ਛੱਡ ਦੇ ਬੰਦਿਆ ਆਖਰ ਹੋਣਾ ਢੇਰੀ ਪਛਾਣ ਲੈ ਆਪਣਾ ਬੰਦਿਆ ਨਾ ਕਰ ਮੇਰੀ ਮੇਰੀ ਬੜੇ ਬੜੇ ਹੰਕਾਰੀ ਤੁਰ ਗਏ ਖਾਲੀ ਪਿਆ ਦਵੇਲਾ ਤੂੰ ਨਾ ਕਰ ਮਨ ਮਤੀਆਂ ਤੂੰ ਨਾ ਕਰ ਮਨ ਮੰਦੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਤੂੰ ਨਾ ਕਰ ਮਨ ਮੰਦੀਆਂ ਦੁਨੀਆ ਚਾਰ ਦਿਨਾਂ ਦਾ ਮੇਲਾ ਪੇਟ ਦੀ ਖਾਤਰ ਝੂਠ ਬੋਲ ਕੇ ਮਾਇਆ ਤਾਈਂ ਕਮਾਇਆ ਵਹਿਮ ਭਰਮ ਨੂੰ ਸੱਚ ਜਾਣ ਕੇ ਰੱਬ ਨੂੰ ਦਿਲੋਂ ਬੁਲਾਇਆ ਰੱਬ ਨੂੰ ਦਿਲੋਂ ਬੁਲਾਇਆ ਮੂਲ
ਕੌਣ ਮੰਤਰ ਨੂੰ ਜਪਦਾ ਜਿਹੜਾ ਹੁੰਦਾ ਜਨਮ ਸੁਹੇਲਾ ਤੂੰ ਨਾ ਕਰ ਮਨ ਮਤੀਆਂ ਤੂੰ ਨਾ ਕਰ ਮਨ ਮਤੀਆਂ ਦੁਨੀਆਂ ਚਾਰ ਦਿਨਾਂ ਦਾ ਮੇਲਾ ਤੂੰ ਨਾ ਕਰ ਮਨ ਮਤੀਆਂ ਦੁਨੀਆਂ ਚਾਰ ਦਿਨ